ਸਕੂਲੇ ਬੇਇੱਜ਼ਤੀ ਹੁੰਦੀ ਵੀ ਇੰਨੀ ਜ਼ਿਆਦਾ ਬੇਇੱਜ਼ਤੀ ਹੋ ਰਹੀ ਸਕੂਲੇ। ਮੈਂ ਚੱਲ ਕਾਲਜ ਜਾਂਦੇ, ਕਾਲਜ ਜਾ ਕੇ ਜ਼ਿੰਦਗੀ 'ਚ ਕੁਛ ਸੁਧਾਰ ਹੋਏਗਾ। ਕਾਲਜ ਗਿਆ ਮੈਂ, ਓਏ ਹੋਏ ਹੋਏ ਮੌਜਾਂ ਹੀ ਮੌਜਾਂ, ਕੁੜੀਆਂ ਹੀ ਕੁੜੀਆਂ, ਲਾਗੇ ਛਾਗੇ ਮੈਂ, ਵਾਹ ਜੀ ਵਾਹ। ਹੁਣ ਤੁਸੀਂ ਆਪ ਸੋਚੋ, ਤੁਸੀਂ ਕੁੜੀ ਨੂੰ ਪ੍ਰਪੋਜ਼ ਕਰਨ ਜਾਓ ਅਤੇ ਅੱਗੋਂ ਕੁੜੀ 100 ਰੁਪਇਆ ਕੱਢ ਕੇ ਜਾ ਪੁੱਤ ਖਾ ਪੀ ਲਾ ਕੁਛ। ਇਹ ਸਾਰਾ ਪਕਸ਼ਪਾਤ ਸ਼ੁਰੂ ਹੋਇਆ ਟੀਚਰਾਂ ਤੋਂ। ਪੰਚੇ ਤਾਂ ਸਕੂਲੇ ਟੀਚਰ ਆ, ਹੈ ਸਵੇਰੇ ਮੈਂ ਸਕੂਲ ਪੜ੍ਹਦਾ ਸੀ, ਸਕੂਲੇ ਜਾਣਾ, ਓਏ ਹੋਏ ਹੋਏ, ਸਭ ਤੋਂ ਪਹਿਲਾਂ ਸਾਰੀ ਕਲਾਸ ਮੇਰੀ ਵੇਟ ਕਰ ਰਹੀ ਆ, ਕਿਉਂਕਿ ਜਹਾਂ ਹਮ ਖੜੇ ਹੋਤੇ ਲਾਈਨ ਵਹਾਂ ਤੇ ਸ਼ੁਰੂ ਹੋਤੀ, ਸ਼ੋਰਟ ਹਾਈਟ ਫਸਟ। ਪਰ ਬੰਦਾ ਕਹਿੰਦਾ ਸ਼ੋਰਟ ਹਾਈਟ ਫਸਟ ਮਿਲਣ 'ਤੇ ਬੜੀ ਇੱਜ਼ਤ ਮਿਲਦੀ ਹੈ ਨਾ, ਥੋੜ੍ਹਾ ਚਿਰ ਤਾਂ ਇੱਜ਼ਤ ਲੱਗਦੀ ਬੰਦੇ ਨੂੰ। ਪਰ ਯਾਰ ਹਰ ਰੋਜ਼ ਗਰਮੀਆਂ 'ਚ ਅਸੈਂਬਲੀ ਸਭ ਤੋਂ ਅੱਗੇ ਖੜਾ ਕਰ ਦਿੰਦੇ ਮੈਨੂੰ। ਇੱਕ ਦਿਨ ਗਰਮੀ ਪੈ ਰਹੀ ਭਾਈ ਸਾਹਿਬ, 21 ਅਗਸਤ ਮੇਰਾ ਜਨਮ ਦਿਨ, ਮੈਂ ਝੁੱਡੂ ਕੋਟ ਪੈਂਟ ਪਾ ਕੇ ਆ ਗਿਆ, ਸਭ ਤੋਂ ਅੱਗੇ ਖੜਾ, ਗਰਮੀ ਧੁੱਪ, ਨੀਰੀ ਧੁੱਪ ਮੇਰੇ 'ਤੇ ਪੈ ਰਹੀ ਅਤੇ ਮੈਂ ਪਰੇਸ਼ਾਨ, ਸਟੈਂਡਿਟੀਜ਼ ਅਟੈਂਸ਼ਨ ਮੇਰੀ ਗਰਕ ਮੇਰਾ। ਮੈਂ ਪਿੱਛੇ ਦੇਖਿਆ ਸਾਰੇ ਇੰਜੋਏ ਕਰ ਰਹੇ ਆ। ਮੈਂ ਮੈਡਮ ਨੂੰ ਪੁੱਛਿਆ, ਮੈਂ ਕਿਹਾ ਮੈਡਮ ਜੀ ਆਹ ਕੀ ਚੱਕਰ ਆ, ਮੈਨੂੰ ਸਭ ਤੋਂ ਅੱਗੇ ਕਿਉਂ ਖੜਾ ਕੀਤਾ? ਕਹਿੰਦੇ ਬੇਟਾ ਜੇ ਪਿੱਛੋਂ ਤੈਨੂੰ ਕੋਈ ਦਿਖਾਈ ਨਾ ਦਿੱਤਾ, ਫਿਰ ਪਿੱਛੋਂ ਦਿਖਾਈ ਨਾ ਦਿੱਤਾ, ਅੱਗੇ ਮਲਿਕਾ ਸ਼ਰਾਵਤ ਨਹੀਂ ਜਾ ਰਹੇ ਹੋ ਤੁਸੀਂ ਯਾਰ।